ਪੰਜਾਬ ਸਰਕਾਰ ਇਹ ਕਹਿ ਰਹੀ ਹੈ ਕਿ ਅਸੀਂ ਪੰਜਾਬ ਦੇ ਵਿੱਚ ਇੱਕ ਪ੍ਰਾਈਵੇਟ ਥਰਮਲ ਪਲਾਂਟ ਵੀ ਖਰੀਦ ਲਿਆ ਹੈ ਪਹਿਲੀ ਵਾਰ ਇਹ ਇਤਿਹਾਸ ਦੇ ਵਿੱਚ ਹੋਇਆ ਹੈ ਕਿ ਪਹਿਲਾਂ ਸਰਕਾਰਾਂ ਪ੍ਰਾਈਵੇਟਾਂ ਨੂੰ ਥਰਮਲ ਵੇਚਦੀਆਂ ਸੀ ਜਾਂ ਪ੍ਰਾਈਵੇਟ ਕੰਪਨੀਆਂ ਨੂੰ ਚੀਜ਼ਾਂ ਵੇਚ ਦਿੰਦੀਆਂ ਸੀ ਪਰ ਅਸੀਂ ਪਹਿਲੀ ਵਾਰ ਹੋਇਆ ਕਿ ਪ੍ਰਾਈਵੇਟ ਕੰਪਨੀ ਤੋਂ ਥਰਮਲ ਪਲਾਂਟ ਖਰੀਦਿਆ ਪਰ ਥਰਮਲ ਪਲਾਂਟ ਖਰੀਦਣ ਦਾ ਕੀ ਫਾਇਦਾ ਪੰਜਾਬ ਦੇ ਪਿੰਡਾਂ ਦੇ ਵਿੱਚ ਲਗਾਤਾਰ ਬਿਜਲੀ ਦੇ ਕੱਟ ਲੱਗ ਰਹੇ ਐ ਕਿਸੇ ਪਿੰਡ 'ਚ 6 ਵਜੇ ਕਿਸੇ ਏਰੀਆ 'ਚ 6 ਵਜੇ ਤੋਂ ਲੈ ਕੇ 11 ਵਜੇ ਤੱਕ ਕਿਸੇ 'ਚ 7 ਵਜੇ ਤੋਂ ਲੈ ਕੇ 11 ਵਜੇ ਤੱਕ ਉਸ ਤੋਂ ਬਾਅਦ ਸ਼ਾਮ ਨੂੰ 4-4 ਘੰਟਿਆਂ ਦੇ ਲਗਭਗ ਹਰੇਕ ਪਿੰਡ ਦੇ ਵਿੱਚ 6 ਤੋਂ 8 ਘੰਟੇ ਬਿਜਲੀ ਦੀ ਸਪਲਾਈ ਬੰਦ ਰਹਿੰਦੀ ਐ ਪੰਜਾਬ ਸਰਕਾਰ ਤਾਂ ਇਹ ਕਹਿ ਰਹੀ ਐ ਕਿ ਅਸੀਂ ਨਵੇਂ ਥਰਮਲ ਪਲਾਂਟ ਖਰੀਦ ਰਹੇ ਆ ਪੰਜਾਬ ਸਰਕਾਰ ਤਾਂ ਇਹ ਕਹਿ ਰਹੀ ਐ ਕਿ ਸਾਡੇ ਕੋਲ ਬਿਜਲੀ ਵਾਧੂ ਐ ਪੰਜਾਬ ਸਰਕਾਰ ਤਾਂ ਇਹ ਕਹਿ ਰਹੀ ਕਿ ਬਿਜਲੀ ਬੋਰਡ ਵਾਧੇ ਚ ਆ ਰਿਹਾ ਐ ਤੇ ਫਿਰ ਬਿਜਲੀ ਦੇ ਕੱਟ ਕਿਉਂ ਲੱਗ ਰਹੇ ਆ ਹੁਣ ਤਾਂ ਸਿਆਲ ਹੈ ਸਰਦੀ ਹੈ ਨਾ ਏਸੀ ਚੱਲਦੇ ਆ ਨਾ ਖੇਤਾਂ ਦੇ ਵਿੱਚ ਜਿਹੜੀ ਕਣਕ ਹੈ ਉਹਨੂੰ ਇੰਨੇ ਪਾਣੀ ਦੀ ਜ਼ਰੂਰਤ ਹੈ ਤੇ ਫਿਰ ਬਿਜਲੀ ਦੀ ਸਪਲਾਈ ਘਟ ਕਿਉਂ ਆ ਮਾਨ ਸਰਕਾਰ ਤਾਂ ਇਹ ਵੀ ਕਹਿੰਦੀ ਕਿ ਕੋਲੇ ਦੀਆਂ ਖਾਣਾ ਜਿਹੜੀਆਂ ਉਹ ਸਾਡੀਆਂ ਆਪਦੀਆਂ ਹੋ ਗਈਆਂ ਉੱਥੇ ਹੁਣ ਕੋਲਾ ਸਾਨੂੰ ਸਿੱਧਾ ਆ ਰਿਹਾ ਸਾਨੂੰ ਇਹ ਚੀਜ਼ ਦੀ ਕਮੀ ਨਹੀਂ ਆਉਣੀ ਤੇ ਫਿਰ ਹੁਣ ਕਮੀ ਆ ਕਿੱਥੋਂ ਰਹੀ ਹੈ ਇਹ ਸਵਾਲ ਖੜੇ ਹੋ ਰਹੇ ਆ ਤੁਸੀਂ ਕਿਸੇ ਪਿੰਡ ਚਲੇ ਜਾਓ ਪੰਜਾਬ ਦੇ ਵਿੱਚ ਤੁਹਾਨੂੰ ਲਗਭਗ 6 ਉਹ 8 ਘੰਟਿਆਂ ਦੇ ਕੱਟ ਹਰ ਰੋਜ਼ ਮਿਲਣਗੇ ਤੇ ਇਹ ਕੱਟ ਵੀ ਉਦੋਂ ਲੱਗਦੇ ਆ ਜਦੋਂ ਲੋਕਾਂ ਦੇ ਕੰਮ ਦਾ ਸਮਾਂ ਹੁੰਦਾ ਤੇ ਕੰਮ ਦੇ ਸਮੇਂ ਦੇ ਵਿੱਚ ਬਿਜਲੀ ਦੇ ਕੱਟ ਲੱਗ ਜਾਂਦੇ ਆ ਤੇ ਲੋਕ ਆਪਣੇ ਕਮਾਂਕਾਰਾਂ ਤੋਂ ਵੀ ਜਿਹੜੇ ਉਹ ਕਰਨ ਤੋਂ ਵੀ ਰਹਿ ਜਾਂਦੇ ਆ ਇੱਕ ਹੋਰ ਵੱਡੀ ਗੱਲ ਦੱਸ ਦਈਏ ਸਾਡੀ ਕਈ ਇਨਵਰਟਰ ਦੀਆਂ ਦੁਕਾਨਾਂ ਤੇ ਅਸੀਂ ਜਾ ਕੇ ਕੱਲ ਪੁੱਛਿਆ ਕਿ ਕਿਸ ਤਰੀਕੇ ਨਾਲ ਉਹ ਕਹਿੰਦੇ ਪਹਿਲੀ ਵਾਰ ਇਹ ਹੋ ਰਿਹਾਗਾ ਕਿ ਸਿਆਲਾਂ ਦੇ ਵਿੱਚ ਇਨਵਰਟਰਾਂ ਦੀ ਵਿਕਰੀ ਵਧ ਗਈ ਹੋਵੇ ਇਸ ਤੋਂ ਪਹਿਲਾਂ ਗਰਮੀਆਂ ਦੇ ਵਿੱਚ ਲੋਕਾਂ ਨੂੰ ਜ਼ਰੂਰਤ ਪੈਂਦੀ ਸੀ ਖਰੀਦਦੇ ਸੀ ਸਾਡਾ ਕੰਮ ਚੱਲਦਾ ਸੀ ਸਾਡਾ ਸੀਜ਼ਨ ਚੱਲਦਾ ਸੀ ਪਰ ਇਸ ਵਾਰ ਪਹਿਲੀ ਵਾਰ ਹੋਇਆ ਹੈ ਕਿ ਸਿਆਲਾਂ ਦੇ ਵਿੱਚ ਇਨਵਰਟਰਾਂ ਦੀ بے ਹਤਾਸ਼ਾ ਜਿਹੜੀ ਆ ਉਹ ਵਿਕਰੀ ਹੋ ਰਹੀ ਹੈ ਬਹੁਤ ਜ਼ਿਆਦਾ ਵਿਕਰੀ ਹੋ ਰਹੀ ਹੈ ਵੱਡੀ ਮਾਤਰਾ ਦੇ ਵਿੱਚ ਲੋਕ ਇਨਵਰਟਰ ਖਰੀਦ ਰਿਹਾ ਕਿਉਂਕਿ 8 ਘੰਟਿਆਂ ਦਾ ਕੱਟ ਤਾਂ ਲੋਕਾਂ ਨੇ ਲਾਈਟਾਂ ਵੀ ਜਗਾਉਣੀਆਂ ਆਪਦੇ ਘਰ ਦੇ ਵਿੱਚ ਰੋਸ਼ਨੀ ਕਰਨੀ ਤੇ ਰੋਟੀ ਪਾਣੀ ਖਾਣਾ ਕੰਮ ਕਰਨਾ ਉਹਦੇ ਲਈ ਜ਼ਰੂਰਤ ਪੈਂਦੀ ਹੈ ਪਰ ਮਾਨ ਸਰਕਾਰ ਅੱਗੇ ਜਾ ਕੇ ਝੋਨੇ ਦਾ ਸੀਜ਼ਨ ਵੀ ਆ ਜਾਣਾ ਹੈ ਗਰਮੀ ਵੀ ਆ ਜਾਣੀ ਹੈ ਖੱਬ ਤੋਂ ਵੱਜ ਜਾਣੀ ਹੈ ਤੇ ਜੇ ਇਹ ਹਾਲਾਤ ਰਹੇ ਤਾਂ ਗਰਮੀਆਂ ਦੇ ਵਿੱਚ ਕਿਸ ਤਰੀਕੇ ਦੀ ਕੰਡੀਸ਼ਨ ਹੋਵੇਗੀ ਇਹ ਸੋਚਣ ਲਈ ਮਜਬੂਰ ਕਰਦੀ ਹੈ ਹੋ ਸਕਦਾ ਹੈ ਕਿ ਉਹ ਤੱਕ ਬਿਜਲੀ ਦਾ ਹੱਲ ਹੋ ਜੇ ਪਰ ਸਿਆੜਾਂ ਦੇ ਵਿੱਚ ਹੀ ਇਹਦਾ ਹੱਲ ਨਹੀਂ ਹੋ ਰਿਹਾ ਤਾਂ ਗਰਮੀਆਂ ਵਿੱਚ ਜਾ ਕੇ ਕਿਵੇਂ ਹੋਵੇਗਾ ਸਰਕਾਰ ਗੱਲਾਂ ਵੱਡੀਆਂ ਵੱਡੀਆਂ ਕਰ ਰਹੀ ਹੈ ਬੋਰਡ ਵੱਡੇ ਵੱਡੇ ਲਗਾ ਰਹੀ ਹੈ ਪਰ ਨਿਕਲ ਕੇ ਕੁਝ ਹੋਰ ਸਾਹਮਣੇ ਆ ਰਿਹਾ ਤੁਸੀਂ ਕਿਸੇ ਵੀ ਪਿੰਡ ਦੇ ਵਿੱਚ ਕਿਸੇ ਵੀ ਵਿਅਕਤੀ ਨੂੰ ਫੋਨ ਲਗਾ ਲਓ ਉਹਨੂੰ ਪੁੱਛ ਲਓ ਕਿ ਤੁਹਾਡੇ ਪਿੰਡ ਲੈਡ ਦਾ ਕੀ ਹਾਲ ਹੈ ਤਾਂ ਤੁਹਾਨੂੰ ਪਤਾ ਲੱਗ ਜਾਵੇਗਾ ਮਾਨ ਸਾਹਿਬ ਕੱਲ 26 ਜਨਵਰੀ ਤੇ ਹੋਰ ਬਹੁਤ ਗੱਲਾਂ ਕਰ ਗਏ ਇਸ ਮੁੱਦੇ ਦੇ ਉੱਤੇ ਕਿਉਂ ਨਹੀਂ ਉਹਨਾਂ ਨੇ ਗੱਲ ਰੱਖੀ ਕਿ ਭਾਈ ਇਹ ਕਟ ਕਿਉਂ ਲੱਗ ਰਿਹਾ ਹੈ ਇਹਨਾਂ ਦੀ ਵਜ੍ਹਾ ਕੀ ਹੈ ਕੀ ਸਾਡੇ ਕੋਲੇ ਕੋਲੇ ਦੀ ਘਾਟ ਹੈ ਕੀ ਸਾਡੇ ਕੋਲੇ ਜਿਹੜੀ ਐ ਪ੍ਰੋਡਕਸ਼ਨ ਕਮੀ ਹੋਈ ਹੋਈ ਹੈ ਕੀ ਕਮੀ ਹੈ ਪੰਜਾਬ ਦੇ ਵਿੱਚ ਬਿਜਲੀ ਜੇ ਸਿਆਲਾਂ ਦੇ ਵਿੱਚ ਇਹ ਹਾਲ ਹੈ ਤਾਂ ਗਰਮੀਆਂ ਦੇ ਵਿੱਚ ਤਾਂ ਖਫਤ ਨੂੰ 5 ਗੁਣਾ ਵੱਧ ਜਾਣੀ ਹੈ ਮੋਟਰਾਂ ਵੀ ਚੱਲਣੀਆਂ ਝੋਨਾ ਵੀ ਲੱਗਣਾ ਫਿਰ ਜੇ ਝੋਨੇ ਵਾਲੇ ਕਿਸਾਨਾਂ ਨੂੰ ਬਿਜਲੀ ਨਾ ਗਈ ਤਾਂ ਫਿਰ ਅੱਗੇ ਜਾ ਕੇ ਵੱਡੀ ਗੱਲ ਇਹ ਕਿ ਕਿਸਾਨਾਂ ਨੂੰ ਸਮੱਸਿਆ ਆਉਣੀ ਹੈ ਕਿਸਾਨਾਂ ਦਾ ਜਿਹੜਾ ਝੋਨਾ ਤੁਹਾਨੂੰ ਪਤਾ ਹੈ ਕਿ ਉਹ ਖਰਾਬ ਹੋਣ ਲੱਗ ਜਾਂਦਾ ਹੈ ਜਦ ਪਾਣੀ ਦੀ ਮਾਤਰਾ ਮਿਲ ਜੇ ਲਗਾਤਾਰ ਪਾਣੀ ਜਾਂ ਲਗਾਤਾਰ ਮੋਟਰਾਂ ਨਾ ਚੱਲਣ ਤੇ ਮੋਟਰਾਂ ਹੁਣੇ ਨਹੀਂ ਚੱਲਣ ਵਾਲੇ ਹਾਲਾਤ ਇਸ ਤਰੀਕੇ ਦੇ ਹੋਏ ਪਿਆ ਕਿ ਘਰੇਲੂ ਬਿਜਲੀ ਦਾ ਹਾਲ ਇਹ ਹੋਇਆ ਪਿਆ ਤਾਂ ਖੇਤਾਂ ਵਾਲੀ ਬਿਜਲੀ ਦਾ ਕੀ ਬਣੇਗਾ ਜਾਂ ਸਾਲ ਦੇ ਵਿੱਚ ਇਹ ਹਾਲ ਹੈ ਦਾ ਗਰਮੀ ਬਾਰੇ ਸੋਚ-ਸੋਚ ਲੋਕ ਹੁਣੇ ਘਬਰਾਉਣ ਲੱਗ ਪਏ ਨੇ ਕਿ ਗਰਮੀਆਂ ਦੇ ਵਿੱਚ ਜਾ ਕੇ ਸਾਡਾ ਬਣੇਗਾ ਕੀ ਅੱਜ 8-8 ਘੰਟੇ 6-6 ਘੰਟੇ ਦੇ ਕੱਟ ਤੇ ਜੇ ਕਿਤੇ ਗਰਮੀ ਦੇ ਵਿੱਚ 12-12 ਘੰਟੇ ਦੇ ਕੱਟ ਲੱਗ ਗਏ ਤਾਂ ਫਿਰ ਉਹਦਾ ਸੋਚਿਆ ਨਾ ਸੋਚਣ ਵਾਲੀ ਗੱਲ ਬਣਦੀ ਹੈ ਇਸ ਤਰੀਕੇ ਦੇ ਹਾਲਾਤ ਲੋਕ ਇਹ ਵੀ ਗੱਲ ਕਰ ਰਹੇ ਕਿ 2002 ਤੋਂ 2007 ਵਾਲੀ ਕੈਪਟਨ ਸਰਕਾਰ ਦੇ ਦੌਰਾਨ ਸੀ ਕਿ ਦਿਨ ਦੇ ਵਿੱਚ 7-7 ਘੰਟੇ ਲੈਟ ਜਾਂਦੀ ਹੁੰਦੀ ਸੀ ਉਦੋਂ ਇਨਵਰਟਰਾਂ ਦੇ ਵੀ ਇਸ ਤਰੀਕੇ ਦੇ ਪ੍ਰਬੰਧ ਨਹੀਂ ਹੁੰਦੇ ਸੀ ਲੋਕ ਦਰਖਤਾਂ ਥੱਲੇ ਜਿਹੜੇ ਪੈਣ ਲਈ ਮਜਬੂਰ ਹੁੰਦੇ ਸੀ ਬਾਹਰ ਛਾਵਾਂ ਥੱਲੇ ਪੈਣ ਲਈ ਸੀ ਕਿਤੇ ਵਾਪਸ ਉਧਰ ਨੂੰ ਤਾਂ ਨਹੀਂ ਸਰਕਾਰ ਲੈ ਚਲੀ ਕਿਤੇ ਵਾਪਸ ਉਰੇ ਪਾਸੇ ਵਾਲੇ ਤਾਂ ਨਹੀਂ ਤੁਰ ਚਲੇ ਜਿਹੜੀ ਸਰਪਲਸ ਪੰਜਾਬ ਦੇ ਵਿੱਚ ਬਿਜਲੀ ਸੀ ਤੇ ਅੱਜ ਪੰਜਾਬ ਦੇ ਵਿੱਚ 8 8 6 6 ਘੰਟਿਆਂ ਦੇ ਕੱਟ ਲੱਗਣੇ ਸਵਾਲ ਖੜੇ ਕਰਦੇ ਆ ਇੱਕ ਗੱਲ ਹੋਰ ਦੱਸ ਦਈਏ ਕਿ ਦਿੱਲੀ ਮਾਡਲ ਦੇ ਵਿੱਚ ਆਮ ਆਦਮੀ ਪਾਰਟੀ ਇਹ ਗੱਲ ਕਹਿੰਦੀ ਹੁੰਦੀ ਸੀ ਕਿ ਜਿਸ ਏਰੀਏ ਦੇ ਵਿੱਚ ਵੀ ਕੱਟ ਲੱਗੇਗਾ ਉਥੇ ਲੋਕਾਂ ਨੂੰ ਉਹਦਾ ਮੁਆਵਜ਼ਾ ਮਿਲੇਗਾ ਬਣਦੇ ਪੈਸੇ ਮਿਲਣਗੇ ਕੰਪਨੀਆਂ ਨੂੰ ਜੁਰਮਾਨੇ ਪਾਏ ਜਾਣਗੇ ਤਾਂ ਪੰਜਾਬ ਦੇ ਵਿੱਚ ਕੀ ਦਿੱਲੀ ਮਾਡਲ ਹਰ ਗੱਲ ਤੇ ਲਾਗੂ ਹੋ ਰਿਹਾ ਹੈ ਗੱਲ ਤੇ ਕੀਤਾ ਨਹੀਂ ਕਿ ਦਿੱਲੀ ਦੇ ਵਿੱਚ ਵੀ ਸਿਰਫ ਗੱਲਾਂ ਹੀ ਸੀ ਇਹ ਸਵਾਲ ਪੈਦਾ ਹੁੰਦੇ ਆ ਗੱਲਾਂ ਵੱਡੀਆਂ ਕੀਤੀਆਂ ਸੀ ਪਰ ਜੋ ਸਾਹਮਣੇ ਨਿਕਲ ਕੇ ਆ ਰਿਹਾ ਲੋਕਾਂ ਦਾ ਕਹਿਣਾ ਹੈ ਕਿ ਉਹ ਉਸ ਤਰੀਕੇ ਦਾ ਨਹੀਂ ਜਿਸ ਤਰੀਕੇ ਦੇ ਨਾਲ ਗੱਲਾਂ ਕਰਕੇ ਸਰਕਾਰ ਸੱਤਾ ਵਿੱਚ ਆਈ ਸੀ